ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਦਾਸ ਜਹੇਦਾਰ ਮਲਕੀਤ ਸਿੰਘ ਕਲਸੀਆਂ ਤੁਹਾਡੇ ਨਾਲ ਇੱਕ ਸਾਂਝ ਬਣੀ ਆ ਵਿਚਾਰਾਂ ਦੀ, ਉਹਨੂੰ ਅੱਗੇ ਤੋਰਦੇ ਹੋਏ ਆਪਾਂ ਅੱਜ ਗੱਲ ਕਰਨ ਲੱਗੇ ਹਾਂ ਕਿ ਆਪ ਸਭ ਨੂੰ ਪਤਾ ਹੀ ਹੈ ਤਕਰੀਬਨ ਬਈ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਨੇ, ਤਕਰੀਬਨ 3 ਕੁ ਮਹੀਨੇ ਰਹਿੰਦੇ ਨੇ। ਸਾਰੀਆਂ ਹੀ ਪਾਰਟੀਆਂ ਨੇ ਆਪੋ ਆਪਣੇ ਕਮਰ ਕਸੇ ਕੱਸ ਕੇ ਲੋਕਾਂ ਦੇ ਨਾਲ ਸੰਪਰਕ ਬਣਾਉਣਾ ਸ਼ੁਰੂ ਕਰ ਦਿੱਤਾ। ਇਸ ਦੇ ਸੰਬੰਧ ਦੇ ਵਿੱਚ ਜਿਵੇਂ ਪਿਛਲੇ ਦਿਨੀ ਬਰਨਾਲਾ ਦੇ ਵਿੱਚ ਆਮ ਪਾਰਟੀ ਵੱਲੋਂ ਇੱਕ ਬਹੁਤ ਹੀ ਭਾਰੀ ਕਾਨਫਰੰਸ ਕੀਤੀ ਗਈ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਸਿਮਰਜੀਤ ਸਿੰਘ ਮਾਨ ਲੋਕ ਸਭਾ ਦੀ ਚੋਣ ਸੰਗਰੂਰ ਤੋਂ ਲੜਨਗੇ। ਹੋਰ ਵੀ ਪਾਰਟੀਆਂ ਆਪ ਆਪਣਾ ਜ਼ੋਰ ਲਾ ਰਹੀਆਂ ਨੇ। ਪੰਜਾਬ ਦੇ ਵਿੱਚ ਇੱਕ ਮਹਾਂਗਠਜੋੜ ਬਣ ਰਿਹਾ ਹੈ, ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਦੇ ਵਿੱਚ, ਕਿਉਂਕਿ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਏਕਤਾ ਨਾਮ ਦੀ ਪਾਰਟੀ ਗਠਨ ਕੀਤੀ ਆ। ਉਹਦੇ ਨਾਲ ਲੋਕ ਇਨਸਾਫ ਪਾਰਟੀ, ਸ਼੍ਰੋਮਣੀ ਅਕਾਲੀ ਦਲ ਟਕਸਾਲੀ, ਬਹੁਜਨ ਸਮਾਜ ਪਾਰਟੀ, ਹੋਰ ਕਈਆਂ ਪਾਰਟੀਆਂ ਦੇ ਨਾਲ ਸੰਪਰਕ ਉਹਨਾਂ ਦਾ ਬਣਿਆ ਪਿਆ ਵੀ ਆਪਾਂ ਇੱਕ ਮਹਾਂਗਠਜੋੜ ਬਣਾ ਕੇ ਪੰਜਾਬ ਦੇ ਵਿੱਚ ਕਾਂਗਰਸ ਅਤੇ ਅਕਾਲੀ ਦਲ ਨੂੰ ਟੱਕਰ ਦੇਈਏ। ਸੋ ਆਪਾਂ ਅੱਜ ਗੱਲ ਇਹ ਕਰਨੀ ਆ ਖਾਸ ਕਰਕੇ ਦੁਆਬੇ ਦੀ। ਦੁਆਬੇ ਦੇ ਵੀਰਾਂ ਨੂੰ ਇੱਕ ਬੇਨਤੀ ਕਰਦਾ ਕਿ ਮੈਂ ਦੇਖਦਾ ਆਇਆ ਕਿ ਦੁਆਬੇ ਦੇ ਵਿੱਚ ਕੋਈ ਵੀ ਸਿਰ ਕੱਢ ਲੀਡਰ ਅਜੇ ਤੱਕ ਦੁਆਬੇ ਨੇ ਨਹੀਂ ਦਿੱਤਾ। ਸੋ ਅੱਜ ਮੈਂ ਦੇਖਦਾ ਵਾਂ ਬਈ ਸੁਖਪਾਲ ਸਿੰਘ ਖਹਿਰਾ ਇੱਕ ਬਹੁਤ ਹੀ ਨਤੜਕ ਜਰਨੈਲ ਜੋ ਦੁਆਬੇ ਦੇ ਵਿੱਚੋਂ ਨੇ, ਜੋ ਪੰਜਾਬ ਦੇ ਮਸਲਿਆਂ ਬਾਰੇ ਗੱਲ ਕਰਦੇ, ਜਿਵੇਂ ਪਿਛਲੇ ਆਪਾਂ ਦੇਖਿਆ ਵਿਰੋਧੀ ਧਿਰ ਦੇ ਵਿੱਚ ਉਹਨਾਂ ਨੇ ਰਹਿੰਦਿਆਂ ਹੋਇਆ ਬਹੁਤ ਹੀ ਪੰਜਾਬ ਦੇ ਐਸੇ ਮਸਲੇ ਸੀ ਜਿਹੜੇ ਵਿਧਾਨ ਸਭਾ ਦੇ ਵਿੱਚ ਉਠਾਏ, ਚਾਹੇ ਉਹ ਕਿਸਾਨੀ ਦੇ ਨਾਲ ਸੰਬੰਧ ਨੇ, ਚਾਹੇ ਉਹ ਪੜ੍ਹਾਈ ਦੇ ਨਾਲ ਸੰਬੰਧ ਨੇ, ਚਾਹੇ ਪੰਜਾਬ ਦੇ ਵਿੱਚ ਜੋ ਵੀ ਸਰਕਾਰਾਂ ਧੱਕਾਸ਼ਾਹੀ ਕਰਦੀਆਂ ਉਹਦੇ ਸੰਬੰਧ ਦੇ ਵਿੱਚ ਸੀ, ਜਾਂ ਪੰਜਾਬ ਦੇ ਡਿਵੈਲਪਮੈਂਟ ਦੀ ਗੱਲ ਹੋਈ ਆ। ਸੋ ਉਹਨਾਂ ਨੇ ਬਹੁਤ ਹੀ ਨਤੜਕ ਹੋ ਕੇ ਇਹਨਾਂ ਮਸਲਿਆਂ ਬਾਰੇ ਵਿਧਾਨ ਸਭਾ ਦੇ ਵਿੱਚ ਗੱਲ ਕੀਤੀ ਆ। ਸੋ ਇਸ ਨੂੰ ਦੇਖਦੇ ਹੋਏ ਮੈਂ ਦੁਆਬੇ ਦੇ ਜਿੰਨੇ ਵੀ ਵੀਰ ਨੇ ਉਹਨਾਂ ਨੂੰ ਬੇਨਤੀ ਕਰਦਾ ਵੀ ਹੁਣ ਸਾਨੂੰ ਇੱਕ ਬੜਾ ਹੀ ਸੋਹਣਾ ਨਤੜਕ ਯੋਧਾ ਜਰਨੈਲ ਮਿਲਿਆ ਵਾ, ਬਈ ਜੇ ਹੁਣ ਵੀ ਤੁਸੀਂ ਉਹ ਯੋਧੇ ਦੇ ਨਾਲ ਨਾ ਖੜ੍ਹੇ ਫਿਰ ਮੈਂ ਸਮਝੂੰਗਾ ਵੀ ਨਹੀਂ ਤੁਹਾਡੇ ਕੋਲ ਪੈਸਾ, ਕਿਉਂਕਿ ਹੁਣ ਤੁਹਾਨੂੰ ਯੋਧਾ ਬੰਦਾ ਮਿਲਿਆ ਪਾਰਟੀ ਦਾ, ਪੰਜਾਬ ਏਕਤਾ ਪਾਰਟੀ ਦਾ, ਫਿਰ ਬਾਕੀ ਤੁਹਾਡੇ ਦੁਆਬੇ ਦੇ ਨਾਲ ਸੰਬੰਧ ਰੱਖਦਾ ਬਈ ਹੁਣ ਉਹਦਾ ਸਾਥ ਦੇਵੋ। ਤਕਰੀਬਨ ਤਾਂ ਉਹ ਸਾਰੇ ਪੰਜਾਬ ਦਾ ਹੀ ਲੀਡਰ ਆ, ਕਿਉਂਕਿ ਪੰਜਾਬ ਦੇ ਵਿੱਚ ਬਹੁਤ ਹੀ ਘੱਟ ਇਹੋ ਜਿਹੇ ਲੀਡਰ ਮਿਲਦੇ ਨੇ ਜਿਹੜੇ ਨਤੜਕ ਹੋ ਕੇ ਕਿਸੇ ਮਸਲੇ 'ਤੇ ਗੱਲ ਕਰ ਸਕਣ, ਜਾਂ ਜਿਵੇਂ ਮੌਜੂਦਾ ਹੁਣ ਮੁੱਖ ਮੰਤਰੀ ਆ ਉਹ ਵੀ ਇੱਕ ਧਨਾੜ ਵਾ, ਜਾਂ ਅਕਾਲੀ ਦਲ ਦੇ ਜਿਵੇਂ ਸੁਖਬੀਰ ਸਿੰਘ ਬਾਦਲ ਹੁਣੀ ਬਾਦਲ ਪਰਿਵਾਰ ਹੋਇਆ, ਇਹਨਾਂ ਨਾਲ ਟੱਕਰ ਲੈਣ ਵਾਲਾ ਅੱਜ ਤੱਕ ਕੋਈ ਲੀਡਰ ਪੈਦਾ ਨਹੀਂ ਹੋਇਆ ਸੀ ਪੰਜਾਬ ਦੇ ਵਿੱਚ, ਥੋੜ੍ਹੇ ਹੀ ਲੀਡਰ ਨੇ ਜਿਹੜੇ ਗੱਲਬਾਤ ਇਹਨਾਂ ਨਾਲ ਨਤੜਕ ਹੋ ਕੇ ਕਰਦੇ ਨੇ। ਸੋ ਇਸ ਲਈ ਮੈਂ ਤਕਰੀਬਨ ਦੁਆਬੇ ਦੇ ਵੀਰਾਂ ਨੂੰ ਬੇਨਤੀ ਕਰਦਾ ਵਾਂ ਬਈ ਤੁਸੀਂ ਸਿਆਣੇ ਬਣ ਕੇ, ਮੈਂ ਇਹ ਨਹੀਂ ਕਹਿੰਦਾ ਹੈਗਾ ਜਿਹੜੇ ਪਾਰਟੀਆਂ ਨਾਲ ਕਿਸੇ ਨਾਲ ਕੋਈ ਜੁੜਿਆ ਵਾ ਉਹ ਵੀ ਮਨ ਦੇ ਨਾਲ ਵਿਚਾਰ ਕਰਨ ਬਈ ਬਾਕੀ ਸੁਖਪਾਲ ਸਿੰਘ ਖਹਿਰਾ ਵਧੀਆ ਲੀਡਰ ਆ, ਉਹਨੂੰ ਪਰਖਣ ਉਹਦੀਆਂ ਜੋ ਉਹਨੇ ਵਿਧਾਨ ਸਭਾ 'ਚ ਮਸਲੇ ਉਠਾਏ ਨੇ ਜਾਂ ਪੰਜਾਬ ਦੀ ਗੱਲ ਕਰਦਾ ਉਹਦੇ ਬਾਰੇ ਵਿਚਾਰ ਕਰਨ ਵੀ ਬਾਕੀ ਇਹ ਪੰਜਾਬ ਦੇ ਮਸਲਿਆਂ ਦੇ ਲਈ ਸੰਜੀਦਾ ਹੈ। ਸੋ ਇਸ ਲਈ ਸਾਰੇ ਹੀ ਵੀਰਾਂ ਨੂੰ ਬੇਨਤੀ ਆ ਦੁਆਬੇ ਦਿਆਂ ਨੂੰ ਬਈ ਤੁਹਾਨੂੰ ਬਹੁਤ ਹੀ ਸੋਹਣਾ ਵਧੀਆ ਲੀਡਰ ਮਿਲਿਆ ਵਾ ਜਿਹੜਾ ਪੰਜਾਬ ਦੇ ਮਸਲਿਆਂ ਦੀ ਗੱਲ ਕਰਦਾ ਵਾ, ਇਹਦਾ ਸਾਰੇ ਰਲ ਮਿਲ ਕੇ ਸਾਥ ਦੇਵੋ, ਕਿਉਂਕਿ ਇਹ ਬਹੁਤ ਹੀ ਅੱਗੇ ਜਾਊਗਾ, ਇਹ ਲੀਡਰ ਬਹੁਤ ਹੀ ਉਹਦੇ ਵਧੀਆ ਵਿਚਾਰ ਨੇ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਅੱਗੇ ਚੱਲ ਰਿਹਾ। ਤਕਰੀਬਨ ਤਾਂ ਉਹ ਸਾਰੇ ਪੰਜਾਬ ਦਾ ਹੀ ਵਧੀਆ ਲੀਡਰ ਉੱਭਰ ਕੇ ਸਾਹਮਣੇ ਆ ਰਿਹਾ ਵਾ, ਇਸ ਲਈ ਸਾਰੇ ਹੀ ਪੰਜਾਬ ਨੂੰ ਹੀ ਬੇਨਤੀ ਆ ਵੀ
ਉਹਦੇ ਨਾਲ ਜਿਵੇਂ ਵੀ ਕਿਸੇ ਨਾਲ ਜੁੜ ਹੁੰਦਾ ਵਾ ਉਹਦੇ ਨਾਲ ਜੁੜਨ ਦੀ ਕੋਸ਼ਿਸ਼ ਕਰੋ। ਬਾਕੀ ਇਹ ਨਹੀਂ ਮੈਂ ਕਹਿੰਦਾ ਹੋਰ ਪਾਰਟੀਆਂ ਦੇ ਲੀਡਰ ਬਹੁਤ ਵਧੀਆ ਨੇ, ਜਿਵੇਂ ਲੋਕ ਇਨਸਾਫ ਪਾਰਟੀ ਆ, ਆਮ ਪਾਰਟੀ ਦੇ ਵਿੱਚ ਭਗਵੰਤ ਮਾਨ ਆ, ਜਾਂ ਕਾਂਗਰਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਆ, ਇਹ ਵਧੀਆ ਲੀਡਰ ਨੇ। ਜਿੱਥੇ ਵੀ ਇਹਨਾਂ ਦਾ ਕੋਈ ਨੁਮਾਇੰਦਾ ਖੜ੍ਹਦਾ ਵਾ, ਜਾਂ ਬੈਂਸ ਸਾਹਿਬ ਖੜ੍ਹਦੇ ਨੇ, ਜਾਂ ਭਗਵੰਤ ਮਾਨ ਖੜ੍ਹਦਾ, ਕਿਉਂਕਿ ਨਵਜੋਤ ਸਿੰਘ ਤਾਂ ਕੈਬਨਿਟ ਦੇ ਮੰਤਰੀ ਹਨ, ਇਹ ਇਸ ਵੇਲੇ ਪੰਜਾਬ ਦੇ ਵਧੀਆ ਲੀਡਰਾਂ ਦੇ ਵਿੱਚੋਂ ਗਣੇ ਜਾਂਦੇ ਨੇ। ਸੋ ਇਸੇ ਤਰ੍ਹਾਂ ਹੀ ਮੈਂ ਕਹਿੰਦਾ ਵਾਂ ਵੀ ਸੁਖਪਾਲ ਸਿੰਘ ਖਹਿਰਾ ਬਹੁਤ ਹੀ ਸਮਝਦਾਰ, ਪੜ੍ਹਿਆ ਲਿਖਿਆ, ਸੂਝਵਾਨ ਲੀਡਰ ਆ, ਕਿਉਂਕਿ ਟਕਸਾਲੀ ਪਰਿਵਾਰ ਦੇ ਵਿੱਚੋਂ ਹੋਇਆ ਕਿ ਉਹਨਾਂ ਦੇ ਪਿਤਾ ਵੀ ਪਹਿਲਾਂ ਪੰਜਾਬ ਦੇ ਮਿਨਿਸਟਰ ਰਹਿ ਚੁੱਕੇ ਨੇ। ਇਸ ਲਈ ਮੈਂ ਦੁਆਬੇ ਦੇ ਵੀਰਾਂ ਨੂੰ ਬੇਨਤੀ ਕਰਦਾ ਵੀ ਉਹਦਾ ਵੱਧ ਤੋਂ ਵੱਧ ਸਾਥ ਦੇਵੋ, ਤੁਹਾਨੂੰ ਵਧੀਆ ਲੀਡਰ ਮਿਲਿਆ। ਜੇ ਹੁਣ ਖੁੰਝ ਗਏ ਫਿਰ ਤੁਸੀਂ ਸਮਝ ਲਓ ਖੁੰਝ ਗਏ। ਜੇ ਤੁਹਾਡੇ ਕੋਲ ਪੈਸਾ ਵਾ ਹੁਣ ਵੀ ਦਿਮਾਗ ਦੇ ਨਾਲ ਆਪਦੇ ਲੀਡਰ ਨੂੰ ਤੁਸੀਂ ਅੱਗੇ ਲੈ ਕੇ ਆਉਣਾ ਵਾ। ਇੰਨੀ ਕਹਿੰਦੇ ਕੋਈ ਵੱਧ ਘੱਟ ਗੱਲ ਕਿਸੇ ਦੇ ਖਿਲਾਫ਼ ਬੋਲੀ ਗਈ ਹੋਏ, ਸੋ ਮਾਫ਼ ਕਰਨਾ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।